ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੱਚਿਆਂ 'ਚ ਵੀ ਬੜਾ ਉਤਸ਼ਾਹ ਹੁੰਦਾ ਹੈ, ਜੋ ਅਜੋਕੇ ਨੌਜਵਾਨ ਬੱਚੇ ਬੱਚੀਆਂ ਨੇ, ਸਾਡਾ ਵੀ ਮਨ ਕਰਦਾ ਕਿ ਉਹ ਕੀਰਤਨ ਨਾਲ ਜੁੜਨ ਅਤੇ ਉਹਨਾਂ ਦੀ ਹਾਜ਼ਰੀ ਵੀ ਆਪ ਜੀ ਨੇ ਪ੍ਰਵਾਨ ਕੀਤੀ। ਸਾਡਾ ਮੰਤਵ ਕੇਵਲ ਜੀਵਨ ਦਾ ਇਹ ਹੈ ਕਿ ਜਿਤਨੇ ਵੀ ਬੱਚੇ ਬੱਚੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਰਾਗਾਤਮਕ ਗੁਰਮਤਿ ਸੰਗੀਤ ਪਰੰਪਰਾ ਅਨੁਸਾਰ ਗਾਇਨ ਕਰਨ। ਸੋ ਸਾਧ ਸੰਗਤ ਜੀ, ਉਹਦੇ ਅੰਤਰਗਤ ਆਪ ਜੀ ਨੇ ਅਸੀਸਾਂ ਦਿੱਤੀਆਂ। ਪਹਿਲਾਂ 31 ਮੁੱਖ ਰਾਗ, ਫਿਰ 31 ਰਾਗ ਪ੍ਰਕਾਰ, ਅਤੇ ਸੰਗਤ ਦਾ ਜਦੋਂ ਹੁਕਮ ਹੋਇਆ, ਫਿਰ ਅੱਗੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 55 ਪੜਤਾਲਾਂ ਨੇ, ਇੱਕ ਬੜੀ ਕਠਿਨ ਗਾਇਨ ਸ਼ੈਲੀ ਅਤੇ ਬਹੁਤ ਆਨੰਦਮਈ ਗਾਇਨ ਸ਼ੈਲੀ, ਉਹ ਆਪ ਜੀ ਨੂੰ ਸਰਵਣ ਕਰਾਵਾਂਗੇ ਗੁਰੂ ਦੇ ਕੀਰਤਨੀਆਂ ਪਾਸੋਂ। ਅਤੇ ਜੋ ਗੁਰਬਾਣੀ ਫੋਕ ਹੈ, ਲੋਕ ਗਾਇਨ ਸ਼ੈਲੀਆਂ, ਜੋ ਸਾਡੇ ਨਿੱਜੀ ਜੀਵਨ ਦੀ ਇੱਕ ਪ੍ਰਕਿਰਿਆ ਹੈ, ਇੱਕ ਧਾਰਨਾ ਬਣੀ ਹੋਈ ਹੈ ਕਿ ਵਿਆਹ ਦੇ ਵਿੱਚ ਆਹ ਗੀਤ ਗਾਣੇ ਨੇ, ਦੁੱਖ ਵਿੱਚ ਇਹ ਗਾਣੇ ਨੇ, ਜੰਮਣ ਵੇਲੇ ਇਹ ਗਾਣੇ ਨੇ, ਮਰਨ ਵੇਲੇ ਇਹ ਗਾਣੇ ਨੇ। ਇੱਕ ਸਾਡੀ ਪਰੰਪਰਾ ਬੱਝੀ ਹੋਈ ਸੰਸਾਰ ਦੀ ਅਸੀਂ ਦੇਖਦੇ ਹਾਂ, ਉਹਦੇ ਅੰਤਰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਸ ਪਰੰਪਰਾ ਨੂੰ ਨਹੀਂ ਤੋੜਿਆ, ਪਰ ਉਹਨਾਂ ਨੇ ਸਾਨੂੰ ਦੱਸ ਦਿੱਤਾ ਹੈ ਕਿ ਜਨਮ ਵੇਲੇ ਵੀ ਸਤਿਗੁਰੂ ਦੀ ਉਸਤਤ ਕਰਨੀ ਹੈ, ਸੁੱਖ ਵੇਲੇ ਵੀ ਸਤਿਗੁਰੂ ਦੀ ਉਸਤਤ ਕਰਨੀ ਹੈ, ਦੁੱਖ ਵੇਲੇ ਵੀ ਸਤਿਗੁਰੂ ਦੀ ਉਸਤਤ ਕਰਨੀ ਹੈ, ਹਰ ਸਮੇਂ ਉਹਦੀ ਉਸਤਤ ਦੇ ਵਿੱਚ ਰਹਿਣਾ ਹੈ। ਉਹਨੂੰ ਅਲਾਣੀਆਂ ਨਾਂ ਦਰਜ ਦੇ ਦਿੱਤਾ, ਘੋੜੀਆਂ ਦਰਜ ਦੇ ਦਿੱਤਾ, ਧੰਨ ਗੁਰੂ ਟਾਈਟਲ ਦੇ ਦਿੱਤੇ ਗੁਰੂ ਸਾਹਿਬਾਂ ਨੇ। ਸਾਨੂੰ ਟਰੈਡੀਸ਼ਨ ਤੋਂ ਤੋੜਿਆ ਨਹੀਂ, ਪਰ ਉਹਨਾਂ ਨੇ ਇੱਕ ਗੱਲ ਸਮਝਾ ਦਿੱਤੀ ਹੈ ਕਿ ਟਰੈਡੀਸ਼ਨ ਨੂੰ ਇਸ ਤਰ੍ਹਾਂ ਤੁਸੀਂ ਯੂਜ਼ ਕਰਨਾ, ਜੇ ਘੋੜੀਆਂ ਗਾਣੀਆਂ ਨੇ ਤਾਂ ਇਸ ਦੇਹ ਰੂਪੀ ਘੋੜੀ ਨੂੰ ਸਜਾਓ ਜਿਹਦੇ ਵਿੱਚ ਰਾਮ ਨੇ ਪ੍ਰਗਟ ਹੋਣਾ। ਜੇ ਕਿਸੇ ਦੀ ਮੌਤ ਹੋ ਗਈ, ਅਲਾਣੀਆਂ ਕਰਨੀਆਂ ਨੇ, ਜਿਹੜੀਆਂ ਭੈਣਾਂ ਬੀਬੀਆਂ ਰੋਂਦੀਆਂ ਜਾਂਦੀਆਂ ਨੇ ਘੁੰਡ ਕੱਢ ਕੇ, ਉਹਦੀ ਉਸਤਤ ਕਰਦੀਆਂ ਨੇ। ਜਿਹੜਾ ਜੀਵ ਚਲੇ ਗਿਆ, ਮਹਾਰਾਜ ਕਹਿੰਦੇ ਉਸਤਤ ਉਹਦੀ ਨਾ ਕਰੋ, ਉਹਦੀ ਉਸਤਤ ਕਰੋ ਜਿਹਦੇ ਹੁਕਮ ਅਨੁਸਾਰ ਇਸ ਸੰਸਾਰ 'ਚ ਜੀਵ ਆਇਆ। ਇਸ ਤਰ੍ਹਾਂ ਕਰਹਲੇ ਨੇ ਫੁਨਹੇ ਗਾਥਾ, ਚੌ ਬੋਲੇ ਛੰਤ, ਬਾਰਾਮਾਂ, ਸੁਚੱਜੀ ਕੁਚੱਜੀ, ਗੁਣਵੰਤੀ ਕਾਵਿ ਸ਼ੈਲੀਆਂ ਨੇ। ਇਹ ਸਾਰਾ ਸਾਡਾ ਇੱਕ ਬਹੁਤ ਪਿਆਰਾ ਟਰੈਡੀਸ਼ਨ ਹੈ, ਜਿਹਦੇ ਨਾਲ ਅਸੀਂ ਜੁੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਆਰ ਵਿੱਚ ਆਉਂਦੇ ਹਾਂ। ਅਤੇ ਜੋ ਇਹ ਜੀਵਨ ਦਾ ਮਨੋਰਥ ਹੈ ਕਿ ਸਤਿਗੁਰਾਂ ਦਾ ਪਿਆਰ ਮਿਲੇ, ਉਹ ਸਾਨੂੰ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਕੀਰਤਨ ਇੱਕ ਉੱਤਮ ਦਾਤ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਉੱਤਮ ਸਾਧਨ ਹੈ ਸਤਿਗੁਰੂ ਨਾਲ ਮਿਲਾਪ ਕਰਨ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਵਾਹਿਗੁਰੂ ਨਾਲ ਮਿਲਾਪ ਕਰਨ ਦਾ, ਕੀਰਤਨ ਉੱਤਮ ਸਾਧਨ ਹੈ। ਉਹਦੇ ਅੰਤਰਗਤ ਅੱਜ ਦਾ ਬੜਾ ਪਿਆਰਾ ਰਾਗ, ਰਾਗ ਵਿਭਾਸ ਪ੍ਰਭਾਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਸ਼ਰਤ ਰਾਗਾਂ ਦੀ ਗਣਨਾ ਦੇ ਵਿੱਚ 3ਵਾਂ ਰਾਗ ਹੈ। ਇਸ ਤੋਂ ਬਾਅਦ ਇੱਕ ਰਾਗ ਰਹਿ ਗਿਆ ਜੋ ਆਪ ਸੰਗਤ ਨੂੰ ਅਸੀਂ ਸਰਵਣ ਕਰਾਵਾਂਗੇ। ਸੋ ਸਾਧ ਸੰਗਤ ਜੀ, ਦਾਸ ਇਹ ਬੇਨਤੀ ਕਰਦਾ ਹੈ ਕਿ ਆਪ ਜੀ ਇਸੇ ਤਰ੍ਹਾਂ ਹੀ ਇਹ ਸਮਾਗਮ ਕੀਰਤਨ ਲੜੀ ਖਤਮ ਹੋ ਜਾਣੀ ਹੈ, ਇਹਦਾ ਸਮਾਂ ਇੱਕ ਰਾਗ ਰਹਿ ਗਿਆ, ਇਸ ਤੋਂ ਬਾਅਦ ਵੀ ਜਿਹੜੇ ਬੱਚੇ ਬੱਚੀਆਂ ਨੇ, ਨੌਜਵਾਨ ਨੇ ਜਾਂ ਜਿਨ੍ਹਾਂ ਨੇ ਸਿੱਖਿਆ, ਹਰ ਘਰ ਵਿੱਚ ਆਪ ਜੀ ਕੀਰਤਨ ਲੈ ਕੇ ਆਓ, ਤਾਂ ਬੈਕੁੰਠ ਜਹ ਕੀਰਤਨ ਤੇਰਾ, ਵੱਡੇ ਨੇ ਉਹ ਵੀ ਕੀਰਤਨ ਸਿੱਖਣ, ਉਮਰ ਦਾ ਕੋਈ ਤਕਾਜ਼ਾ ਨਹੀਂ, ਛੋਟੇ ਨੇ ਉਹ ਵੀ ਕੀਰਤਨ ਸਿੱਖਣ। ਆਪਣੇ ਘਰ ਦੇ ਵਿੱਚ ਕੀਰਤਨ ਰੂਪੀ ਇੱਕ ਬੂਟਾ ਲਗਾਈਏ, ਅਤੇ ਆਪਣੇ ਬੱਚਿਆਂ ਨੂੰ ਉੱਥੇ ਜਿਹੜੇ ਜਿਹੜੇ ਸ਼ਹਿਰਾਂ 'ਚ ਚੰਗੇ ਚੰਗੇ ਉਸਤਾਦ ਨੇ, ਉਹਨਾਂ ਪਾਸੋਂ ਤਾਲੀਮ ਦਵਾਈਏ ਗੁਰਮਤਿ ਸੰਗੀਤ ਦੀ, ਕਿਉਂਕਿ ਸਾਡੀ ਪਰੰਪਰਾ ਬੜੀ ਅਮੀਰ ਹੈ, ਇਹਦੇ ਵਿੱਚ ਬਹੁਤ ਪਿਆਰੇ ਪਿਆਰੇ ਰਾਗ ਨੇ, ਅਤੇ ਰਾਗ ਆਪੇ ਨਹੀਂ ਆਉਂਦੇ, ਇਹਨੂੰ ਸਿੱਖਣਾ ਪੈਂਦਾ। ਅਤੇ ਉਸਤਾਦਾਂ ਕੋਲ ਜਾ ਕੇ ਜ਼ਰੂਰ ਉਹ ਪਿਆਰੇ ਰਾਗ ਜ਼ਰੂਰ ਸਿੱਖੋ। ਅੱਜ ਦਾ ਰਾਗ, ਰਾਗ ਵਿਭਾਸ ਪ੍ਰਭਾਤੀ, ਇਸ ਰਾਗ ਦੇ ਵਿੱਚ ਦੋਨੋਂ ਰਿਸ਼ਭ ਅਤੇ ਦੋਨੋਂ ਦੈਵਤ ਪ੍ਰਯੋਗ ਵਿੱਚ ਆਉਂਦੇ ਨੇ। ਜਿਵੇਂ ਰਾਗ ਅਸੀਂ, ਮੈਂ ਕੱਲ੍ਹ ਵੀ ਦੱਸਿਆ ਸੀ ਕਿ ਰਾਗ ਪ੍ਰਭਾਤੀ ਵਿਭਾਸ, ਵਿਭਾਸ ਬਾਰੇ ਕੱਲ੍ਹ ਮੈਂ ਦੱਸਿਆ ਸੀ ਕਿ ਵਿਭਾਸ ਦੇ ਦੋ ਪ੍ਰਕਾਰ ਸਾਨੂੰ ਮਿਲਦੇ ਨੇ, ਇੱਕ ਦੈਵਤ ਸ਼ੁੱਧ ਵਾਲਾ ਮਾਰਵਾ ਥਾੜ ਦਾ, ਇੱਕ ਦੈਵਤ ਕੋਮਲ ਵਾਲਾ ਜੋ ਭੈਰੋ ਥਾੜ ਦਾ, ਜੋ ਅਸੀਂ ਯੂਜ਼ ਕਰ ਰਹੇ ਪ੍ਰਭਾਤੀ ਵਿਭਾਸ ਜਾਂ ਵਿਭਾਸ ਪ੍ਰਭਾਤੀ 'ਚ, ਉਹ ਭੈਰੋ ਥਾਟ ਵਾਲਾ ਜੋ ਹੈ ਉਹ ਕੋਮਲ ਦੈਵਤ ਵਾਲਾ ਕਰ ਰਹੇ ਹਾਂ। ਬੜਾ ਪਿਆਰਾ ਰਾਗ, ਇਸ ਰਾਗ ਦਾ ਵਾਦੀ ਸੁਰ ਪੰਚਮ ਹੈ, ਸੰਵਾਦੀ ਸੁਰ ਛੜਜ ਨੂੰ ਮੰਨਿਆ ਗਿਆ, ਗਾਇਨ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਮੰਨਿਆ ਗਿਆ ਹੈ। ਇਸ ਰਾਗ ਦੀ ਜਾਤੀ ਔੜਵ ਛਾੜਵ ਮੰਨੀ ਗਈ ਹੈ। ਆਓ ਬੜੇ ਹੀ ਪਿਆਰ ਨਾਲ ਗੁਰਮਤਿ ਸੰਗੀਤ ਦਾ ਬੜਾ ਹੀ ਪਿਆਰਾ ਰਾਗ, ਰਾਗ ਵਿਭਾਸ ਪ੍ਰਭਾਤੀ, ਜਿਵੇਂ ਪ੍ਰਭਾਤੀ ਵਿਭਾਸ 'ਚ ਕੀ ਸੀ, ਆਰੋਹ ਦੇ ਵਿੱਚ ਮੱਧਮ ਨੂੰ ਵਰਜਿਤ ਕੀਤਾ ਜਾਂਦਾ ਸੀ, ਅਤੇ ਅਵਰੋਹ ਦੇ ਵਿੱਚ ਮੱਧਮ ਨਿਸ਼ਾਦ ਨੂੰ ਵਰਜਿਤ, ਇੱਥੇ ਆਰੋਹ ਦੇ ਵਿੱਚ ਮੱਧਮ ਅਤੇ ਨਿਸ਼ਾਦ ਨੂੰ ਵਰਜਿਤ ਕੀਤਾ ਜਾਂਦਾ, ਅਤੇ ਅਵਰੋਹ ਦੇ ਵਿੱਚ ਇਕੱਲੇ ਮੱਧਮ ਨੂੰ ਵਰਜਿਤ ਕੀਤਾ ਜਾਂਦਾ। ਆਓ ਰਾਗ ਵਿਭਾਸ ਪ੍ਰਭਾਤੀ ਦੇ ਵਿੱਚ ਆਪ ਜੀ ਗੁਰੂ ਦੇ ਲਾਡਲੇ ਕੀਰਤਨੀਆਂ ਪਾਸੋਂ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।